हाँ जी बेटा, गुड मॉर्निंग। आज अपन अंडे की काट टुकड़ी करनी है, ठीक है? ओके, सो इस टाइम ही बेटा आपा देखो, थानू अंडे की काट टुकड़ी आनी तो एमसीक्यूज विच है, पर जे थानू मीनिंग पता होएगा ता ही तुसी करोगे ना। जे मान लो उन्होंने कोई वर्ड पूछ लिया, तुसी ओदा आंसर भी दे सकोगे, ठीक है? सो असी हौली हौली करते जावांगे, यानी कि थानू एक दिन नहीं सारी दी सारी अंडे की काट टुकड़ी करवावांगे नू, ठीक है? मैं हौली हौली चलांगी। ओके, सो पैरा लिख लो, क्वेश्चंस मैं बोर्ड पे लिख दवांगी, ठीक है? ओके, फेयर कॉपी पे ही लिख लो बेटा, ठीक है? हाँ जी, असाइनमेंट कॉपी, या तो असाइनमेंट कॉपी अलग लगा लो या फेयर कॉपी, जो भी थोड़े को है, ठीक है? अगर तुम फेयर कॉपी के विच ही करना चाहते हो वो भी कर सकते हो, पर रफ ते ना करियो, ठीक है? लिखो जी, जलियां वाले बाग तेरे दी आज भी अमर कहानी। लाइंस विच लिखना है पोइम दी, ठीक है? पूरे पैरे च नहीं लिखना। जलियां वाले बाग जलियांवाले बाग तेरे दी आज भी अमर कहानी, कामा गाटा मारू तेरे अग लाई विच पानी। कामा गाटा मारू, कामा गाटा मारू तेरे अग लाई विच पानी। नेक्स्ट लाइन लिखो, चंडी बन के रण विच जूझी। तेरी झांसी रानी, गोरी अणख नू ठीक है, पैरा लिख लो। ओके, ठीक है, इहदे विच जलियां वाला बाग जिहड़ा 13 अप्रैल नूं होया सी साका, उहदी जिहड़ी कहानी वो अज भी अमर है। मतलब अज भी देखो आपां जलियां वाले बाग की गल करिए तां ठीक है, साडे रोंगटे खड़े हो जांदे ने सानूं, मतलब कि उस दे इतिहास बारे पता लगदा, ठीक है? कामागाटा मारू, कामागाटा मारू एक जापानी जहाज सी, राइट? जेदे विच ज्ञानी गुरदित सिंह वो बाकी इंडियंस नू लैके जा रहे सी कैनेडा। पहला पहला कैनेडा दा लोग इन्ने ज्यादा वापिस आई थिंक जा रहे सी कि वापिस आ रहे सी, कुछ हमला हो गया सी। हाँ जी, हाँ जी, ठीक है। ते उत्थे ना उना उत्ते हमला हो गया क्योंकि उधर वाली सरकार बिल्कुल ये बर्दाश्त नहीं सी कर पा रही कि इंडियंस जेड़े हैं वो इत्थे हैं, आ रहे सी शायद, ठीक है? ते उन्होंने की किया, रस्ते विच ही उन्होंने उत्ते बहुत ज्यादा हमला होया,
ਸੀਨੇ ਅੱਗ ਲਾਈ ਵਿੱਚ ਪਾਣੀ ਦਾ ਮਤਲਬ ਕੀ ਹੈ ਕਿ ਪਾਣੀ ਵਿੱਚ ਜਹਾਜ਼ ਜਿਹੜਾ ਚੱਲ ਰਿਹਾ ਸੀ ਉੱਥੇ ਹੀ ਉਹਨਾਂ ਉੱਤੇ ਹਮਲਾ ਹੋ ਗਿਆ ਸੀਗਾ। ਠੀਕ ਹੈ, ਨੈਕਸਟ ਚੰਡੀ ਬਣ ਕੇ ਰਾਣੀ ਝਾਂਸੀ, ਠੀਕ ਹੈ, ਕੀ ਹੈ ਇਹਦਾ ਨਾਮ, ਲਕਸ਼ਮੀ ਬਾਈ। ਓਕੇ, ਉਹਨਾਂ ਨੇ ਜੰਗ ਵਿੱਚ ਬਹੁਤ ਜ਼ਿਆਦਾ ਹਿੰਮਤ ਦੇ ਨਾਲ ਉਹ ਲੜੇ ਸਨ। ਠੀਕ ਹੈ, ਗੋਰੀ ਅਣਖ ਨੂੰ ਰੰਡੀ ਕਰ ਗਏ, ਗੋਰੀ ਮਤਲਬ ਅੰਗਰੇਜ਼, ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਦੀ ਕੱਢ ਗਏ ਸਨ। ਕੌਣ? ਗਦਰੀ ਬਾਬੇ। ਠੀਕ ਹੈ, ਕਰਤਾਰ ਸਿੰਘ ਸਰਾਭਾ ਇਹਨਾਂ ਨੇ ਮਿਲ ਕੇ ਗਦਰ ਲਹਿਰ ਚਲਾਈ ਸੀ, ਤੁਸੀਂ ਪੜ੍ਹਿਆ ਹੋਏਗਾ ਆਈ ਥਿੰਕ 7th-8th ਵਿੱਚ। ਠੀਕ ਹੈ, ਉਹ ਵਾਲੀ ਗੱਲ ਹੈ ਕਿ ਉਹਨਾਂ ਨੇ ਗਦਰ ਲਹਿਰ ਚਲਾਈ ਔਰ ਗਦਰੀ ਬਾਬਿਆਂ ਨੂੰ ਉਹਨਾਂ ਨੇ ਬਾਹਰ ਕੀਤਾ ਸੀ ਦੇਸ਼ ਵਿੱਚੋਂ ਦੀ। ਨੈਕਸਟ ਹੈ, ਫਾਂਸੀ ਦੇ ਫੱਟਿਆਂ ਤੇ ਬੈਠੀ ਤਵਾਰੀਖ ਪਈ ਆਖੇ। ਫਾਂਸੀ ਦੇ ਫੱਟਿਆਂ ਦੇ ਮਤਲਬ ਕਿ ਜਿੰਨੇ ਵੀ ਦੇਸ਼ ਭਗਤ ਨੇ ਜਿਹੜੇ ਫਾਂਸੀ ਤੇ ਝੂਲ ਗਏ ਦੇਸ਼ ਨੂੰ ਆਜ਼ਾਦ ਕਰਾਉਂਦੇ ਕਰਾਉਂਦੇ, ਉਹਨਾਂ ਦਾ ਇਤਿਹਾਸ ਵੀ ਗਵਾਹ ਹੈ। ਠੀਕ ਹੈ, ਤਵਾਰੀਖ ਮਤਲਬ ਇਤਿਹਾਸ। ਕਲੀਅਰ ਹੈ? ਕੁਐਸਚਨਸ ਲਿਖੋ। ਕਿਸ ਦੀ ਕਹਾਣੀ ਅਮਰ ਹੈ? ਕਿਸ ਦੀ ਕਹਾਣੀ, ਹਾਂਜੀ ਹਾਂਜੀ, ਕਿਸ ਦੀ ਕਹਾਣੀ ਅਮਰ ਹੈ? ਠੀਕ ਹੈ, ਜਲਿਆਂ ਵਾਲੇ ਬਾਗ ਦੀ ਆਪਸ਼ਨਸ ਹੈ ਕਾਮਾ ਗਾਟਾ ਮਾਰੂ, ਜਲਿਆਂ ਵਾਲਾ ਬਾਗ, ਝਾਂਸੀ ਦੀ ਰਾਣੀ ਜਾਂ ਭਾਰਤ। ਸੋ ਕਿਸ ਦੀ? ਜਲਿਆਂ ਵਾਲੇ ਬਾਗ ਦੀ। ਸੈਕਿੰਡ ਕੁਐਸਚਨ ਲਿਖੋ, ਝਾਂਸੀ ਦੀ ਰਾਣੀ ਜੰਗ ਦੇ ਮੈਦਾਨ ਵਿੱਚ ਕਿਸ ਤਰ੍ਹਾਂ ਲੜੀ? ਕਿਸ ਤਰ੍ਹਾਂ ਲੜੀ? ਆਪਸ਼ਨਸ ਨੇ ਦੁਰਗਾ ਬਣ ਕੇ, ਚੰਡੀ ਬਣ ਕੇ, ਅੱਗ ਵਾਂਗ ਜਾਂ ਅਣਕ। ਚੰਡੀ ਬਣ ਕੇ, ਠੀਕ ਹੈ, ਆਂਸਰ ਹੀ ਲਿਖ ਲਓ ਪਹਿਲਾਂ, ਰਾਈਟ, ਹੋ ਗਿਆ। ਸੈਕਿੰਡ, ਥਰਡ ਲਿਖੋ, ਤਵਾਰੀਖ ਦਾ ਅਰਥ ਲਿਖੋ। ਤਵਾਰੀਖ ਦਾ ਕੀ ਅਰਥ ਹੈ? ਆਪਸ਼ਨਸ, ਬੀਤੇ ਸਮੇਂ ਦੀ ਘਟਨਾ, ਕਹਾਣੀ, ਗੈਰਤ ਜਾਂ ਤਲਵਾਰ। ਬੀਤੇ ਸਮੇਂ ਦੀ ਘਟਨਾ, ਠੀਕ ਹੈ। ਸੋ ਤਵਾਰੀਖ ਦਾ ਅਰਥ ਹੈ ਬੀਤੇ ਸਮੇਂ ਦੀ ਘਟਨਾ। ਕਲੀਅਰ ਹੋ ਗਏ? ਤਿੰਨ ਹੋ ਗਏ। ਫੋਰਥ ਲਿਖੋ, ਗੋਰਿਆਂ ਦੀ ਅਣਖ ਨੂੰ, ਫੋਰਥ, ਗੋਰਿਆਂ ਦੀ ਅਣਖ ਨੂੰ ਕਿਸ ਨੇ ਖਤਮ ਕੀਤਾ? ਗੋਰਿਆਂ ਦੀ ਅਣਖ ਨੂੰ ਕਿਸ ਨੇ ਖਤਮ ਕੀਤਾ? ਕਿਸਨੇ ਖਤਮ ਕੀਤਾ ਸੀ ਸਹਰਸ਼? ਗੋਰਿਆਂ ਦੀ ਅਣਖ ਨੂੰ ਕਿਸਨੇ ਖਤਮ ਕੀਤਾ ਸੀ? ਅਰਿਆਂਸ਼, ਗੋਰਿਆਂ ਦੀ ਅਣਖ ਨੂੰ ਕਿਸਨੇ ਖਤਮ ਕੀਤਾ? ਗੋਰਿਆਂ ਦੀ ਅਣਖ ਨੂੰ, ਆ ਦੇਖੋ ਲਿਖਿਆ ਹੋਇਆ ਨਾ, ਗੋਰੀ ਅਣਖ ਨੂੰ ਤੇਰੇ ਗਦਰੀ ਬਾਬੇ, ਗਦਰੀ ਬਾਬਿਆਂ ਨੇ। ਡਨ, ਲਾਸਟ ਕੁਐਸਚਨ, ਕਵੀ ਕਿਸ ਦੀ ਜੈ ਜੈਕਾਰ ਕਰ ਰਿਹਾ ਹੈ? ਕਵੀ ਕਿਸ ਦੀ ਜੈ ਜੈਕਾਰ ਕਰ ਰਿਹਾ ਹੈ? ਭਾਰਤ ਦੀ, ਅੰਗਰੇਜ਼ਾਂ ਦੀ, ਜਲਿਆਂ ਵਾਲੇ ਬਾਗ ਦੀ ਜਾਂ ਗਦਰੀ ਬਾਬਿਆਂ ਦੀ? ਭਾਰਤ ਦੀ। ਕਵੀ ਕਿਸ ਦੀ ਜੈ ਜੈਕਾਰ ਕਰ ਰਿਹਾ ਹੈ? ਭਾਰਤ ਦੀ। ਠੀਕ ਹੈ ਜੀ, ਹੋ ਗਿਆ ਬੱਚੇ? ਕਿਸੇ ਦਾ ਕੋਈ ਕੁਐਸਚਨ ਛੁੱਟ ਗਿਆ ਹੋਏ ਤਾਂ ਦੱਸ ਦਈਓ। ਰਾਈਟ, ਨੈਕਸਟ ਮੁਹਾਵਰੇ, ਘੱਗਾ ਭਾਗ। ਠੀਕ ਹੈ,
ਖ ਗ ਭਾਗ ਆਪਾਂ ਕਰ ਲਿਆ ਹੋਇਆ ਹੈ। ਹੁਣ ਮੁਹਾਵਰੇ ਵੀ ਤੁਹਾਨੂੰ ਬੱਚੇ ਆਣਗੇ ਐਮਸੀਕਿਊਸ ਵਿੱਚ, ਠੀਕ ਹੈ। ਹੁਣ ਉਹ ਕਿੱਦਾਂ ਆਣਗੇ ਉਹਨਾਂ ਨੂੰ ਦੇਖ ਲਓ। ਫਸਟ ਹੈ ਘੋਗਲ ਕੰਨਾ ਬਣਨਾ, ਫਸਟ ठीक है, मतलब इदा है मछला होना। हुण देखो तुहानू की हो सकता है, पूछा जा सकता है कि मछला होना दा सही मुहावरा दसो, अर्थ भी लर्न करने जरूरी ने, ठीक है। अर्थ दे अकॉर्डिंगली मुहावरा इस तरह एक क्वेश्चन आ सकता है, या आ सकता है डैश डैश कन्ना बनना, ठीक है। मैं मतलब थानू दस रही हूँ कि इदा इदा क्वेश्चन आ सकते हैं डैश डैश, ठीक है। फिर आंसर घोगल कन्ना बनना, ठीक है, या घोगल लिखा हो सकता है, कन्ना बनना हो सकता है, ठीक है। और किस तरह आ सकता है, सपोज कोई सेंटेंस दे दिता उन्होंने जिस तरह थोड़ी बुक से लिखा है कि राहुल बहुत चलाक है, जो भी उसको कोई काम करने लिए कहा जाता है घोगल कन्ना बन के रहता है, ठीक है। ए सेंटेंस दिता जा सकता है जिदा थानू पहली असाइनमेंट एक बार सेंड की थी ना लास्ट वीक, ओदे विच या मुहावरा पूछा जा सकता, ओदे विच क्या जा सकता है कि एदा सही अर्थ लिखो, क्योंकि मुहावरा ते सेंटेंस विच गिवन ही है, सही अर्थ हो सकता है, ठीक है। या सही मुहावरा चुनो, चार दिते होंगे फॉर एग्जाम्पल इकता ही हो गया, नेक्स्ट हो सकता है घोगल होना, घोगल बनना, या घोगल रहना, ठीक है। इस तरह भी आ सकते हैं, मतलब तुहानू हर एक मुहावरे की पछाण करनी पेगी, सो उहदे विचों दी सही मुहावरा चुनना। चार पांच तरीके दे नाल एक मुहावरा आ सकता है। क्लियर है। सेकेंड, मछला होना किनू कहिंदे आ, हां जी हाँ, मछला मछला की हुंदा, घोगल कन्ना मछला मतलब अपने ही काम करना, अपनी मस्ती विच रहना, ठीक है। सेकंड है कगरी पड़कौनी, सेकंड कगरी पड़कौनी, कगरी किनू कहिंदे आ, हाँ स्कर्ट नू कहिंदे आ, ठीक है। कई बारी आपां पहला पहला जिद्दां साडी मम्मी कहिंदी हुंदी सी कि कगरी जी पड़काई जांदी आ, कोई काम भी कर लै, मतलब इधर उधर घूमना वेले करना फिरना कोई काम नहीं करना, ठीक है। मतलब इहदा है थां पर थां फिरना, आले दुआले घूमी जाना ते कोई काम नहीं करना, ठीक है। राजवीर नू डिग्री डिग्री हासिल करके, सॉरी बिना सोचे समझे कगरी पड़काउण नालों एक थां ते डट के काम करना चाहीदा है, तां ही इज्जत मिलेगी, ठीक है। थर्ड, कट्टा छानना, कट्टा कट्टा किनू कहिंदे आ, हां जी हां जी मिट्टी कट्टा, ठीक है। और मिट्टी कट्टा केड़ा समासी है, मिट्टी कट्टा केड़ा समासी है, समान अर्थक, मिट्टी कट्टा समान अर्थक, सेम मीनिंग वाले, ठीक है। कट्टा छानना मतलब अवारा फिरना, कोई काम ना करना, अवारा दी जगह ते तुसी वेले फिरना भी लिख सकते हो, ठीक है। कट्टा छानना वेले फिरना, कि जदों कोई कोई काम नहीं करता, पढ़ाई वेले पढ़ना नहीं, ते बाद विच जदों नौकरी लैण लई जाओ ते फिर वह कट्टा छानते फिरते ने। नेक्स्ट है कट्टे कौडियां रलाउणा, फोर्थ कट्टे कौडियां रलाउणा, कौडियां पता किसी नू, कौडियां एक वाइट जी नहीं हुंदी जिनू गल च भी पा सकते हाँ, कौडी शंख दी टाइप दी हुंदी है, ठीक है।
ਬਹੁਤ ਹੀ ਵਾਰੀ ਉਹ ਕਈ ਵਾਰੀ ਡਿਜ਼ਾਈਨ ਵਗੈਰਾ ਵੀ ਜਿਸ ਤਰ੍ਹਾਂ ਹੁੰਦੇ ਆ ਸੂਟਾਂ ਦੇ ਉਹਨਾਂ ਤੇ ਵੀ ਲੱਗਦੀ ਆ। ਮਤਲਬ ਹੈ ਉਹਦਾ ਕੀ ਮਤਲਬ ਹੈ, ਉਹ ਬਹੁਤ ਅਨਮੋਲ ਚੀਜ਼ ਹੁੰਦੀ ਹੈ, ਜਿਸ ਤਰ੍ਹਾਂ ਸਾਡੇ ਨਿਕਲਦੇ ਨਾ ਸੀ ਸ਼ੈਲਸ ਵਗੈਰਾ, ਠੀਕ ਹੈ ਰਾਈਟ। ਉਹ ਹੈ ਉਹਦਾ ਮਤਲਬ ਕੀ ਹੈ, ਐਵੇਂ ਗੱਲ ਐਵੇਂ ਗਵਾ ਦੇਣੀ, ਮਤਲਬ ਕਿ ਗੱਲ ਨੂੰ ਸੁਣ ਕੇ ਇਗਨੋਰ ਕਰ ਦੇਣਾ, ਹਨਾ, ਗੱਲ ਨੂੰ ਸੁਣ ਕੇ ਇਗਨੋਰ ਕਰ ਦੇਣਾ। ਉਹਨੂੰ ਬੋਲਦੇ ਆਪਾਂ ਕੱਟੇ ਕੌਡੀਆਂ ਰਲਾਉਣਾ। ਹਰਬੰਸ ਸਿੰਘ ਹਰ ਗੱਲ ਦੀ ਡੂੰਘਾਈ ਵਿੱਚ ਜਾਂਦਾ ਹੈ, ਕਿਸੇ ਦਲੀਲ ਨੂੰ ਕੱਟੇ ਕੌਡੀਆਂ ਨਹੀਂ ਰਲਾਉਂਦਾ। ਮਤਲਬ ਉਹ ਗੱਲ ਨੂੰ ਐਵੇਂ ਗਵਾਉਂਦਾ ਨਹੀਂ ਹੈ, ਉਹ ਵਾਕਈ ਗੱਲ ਦੀ ਤਹਿ ਤੱਕ ਜਾਂਦਾ ਹੈ। ਜਾਂ ਤੁਸੀਂ ਏਦਾਂ ਲਿਖ ਸਕਦੇ ਹੋ ਕਿ ਸਾਨੂੰ ਕਦੇ ਵੀ ਕਿਸੇ ਦੀ ਗੱਲ ਨੂੰ ਕੱਟੇ ਕੌਡੀਆਂ ਨਹੀਂ ਰਲਾਉਣਾ ਚਾਹੀਦਾ, ਸਗੋਂ ਉਸਨੂੰ ਸਮਝਣਾ ਚਾਹੀਦਾ ਹੈ। ਠੀਕ ਹੈ, ਕਲੀਅਰ ਹੈ? ਇਵੇਂ ਰਿਵਾਈਜ਼ ਕਰਵਾਉਣੇ ਦਸ ਤੇ ਦਸ, ਇੱਥੇ ਹੀ ਦੁਬਾਰਾ ਸੁਣ ਲਓ ਧਿਆਨ ਨਾਲ। ਨੈਕਸਟ ਹੈ ਘਰ ਸਿਰ ਤੇ ਚੁੱਕਣਾ। ਘਰ ਸਿਰ ਤੇ ਚੁੱਕਣਾ, ਇਹ ਤਾਂ ਕੀਤਾ ਹੀ ਹੋਇਆ ਤੁਸੀਂ, ਬਹੁਤ ਜ਼ਿਆਦਾ ਰੋਲਾ ਪਾਉਣਾ ਜਾਂ ਸ਼ੋਰ ਸ਼ਰਾਬਾ ਕਰਨਾ। ਨੈਕਸਟ ਘਾਟ ਘਾਟ ਦਾ ਪਾਣੀ ਪੀਣਾ, ਸੁਣਿਆ ਹੋਏਗਾ ਤੁਸੀਂ ਬਹੁਤ ਸਾਰੀ, ਘਾਟ ਘਾਟ ਦਾ ਪਾਣੀ ਨਹੀਂ ਸੁਣਿਆ? ਹਾਂਜੀ ਹਾਂਜੀ, ਆਨਲਾਈਨ ਸਟੂਡੈਂਟ ਸੁਣਿਆ ਕਿਸੇ ਨੇ ਘਾਟ ਘਾਟ ਦਾ ਪਾਣੀ? ਹਰ ਜਗ੍ਹਾ ਦਾ ਐਕਸਪੀਰੀਅੰਸ ਹੋਣਾ। ਹੁਣ ਮੰਨ ਲਓ ਕਿ ਕੋਈ ਬੈਂਕ ਦੀ ਜੋਬ ਚ ਹੈ, ਟ੍ਰਾਂਸਫਰ ਹੁੰਦੀਆਂ ਰਹਿੰਦੀਆਂ ਨਾ, ਆਰਮੀ ਦੀ ਜੋਬ ਚ ਹੈ, ਟ੍ਰਾਂਸਫਰ ਹੁੰਦੇ ਰਹਿੰਦੀਆਂ, ਪਹਿਲਾਂ ਉਹ ਕਿਤੇ ਫਿਰ ਕਿਤੇ ਫਿਰ ਕਿਤੇ, ਮਤਲਬ ਜਿਹੜੇ ਬੰਦੇ ਨੂੰ ਹਰ ਇੱਕ ਜਗ੍ਹਾ ਦਾ ਐਕਸਪੀਰੀਅੰਸ ਹੋਵੇ ਉਹਦੇ ਲਈ ਆਪਾਂ ਵਰਤਦੇ ਹਾਂ। ਥਾਂ ਥਾਂ ਨੌਕਰੀ ਕਰਨੀ, ਬੈਂਕ ਦੀ ਨੌਕਰੀ ਕਰਕੇ ਰਾਜਾ ਨੇ ਘਾਟ ਘਾਟ ਦਾ ਪਾਣੀ ਪੀਤਾ ਹੈ, ਉਹ ਕਈ ਇਲਾਕਾਈ ਬੋਲੀਆਂ ਬੋਲਦਾ ਹੈ, ਮਤਲਬ ਉਹਨੂੰ ਹਰ ਇੱਕ ਜਗ੍ਹਾ ਦਾ ਐਕਸਪੀਰੀਅੰਸ ਹੈ, ਠੀਕ ਹੈ, ਉਹਨੂੰ ਆਪਾਂ ਬੋਲਦੇ ਹਾਂ। ਨੈਕਸਟ ਭੁੱਲ ਭੁੱਲ ਕੇ ਮਰਨਾ, ਹਾਂਜੀ ਠੀਕ ਹੈ, ਭੁੱਲ ਭੁੱਲ ਕੇ ਮਰਨਾ, ਪੁਸ਼ਕਰ ਮੁਹਾਵਰਾ ਬਣਾਓ ਇਹਦਾ। ਭੁੱਲ ਭੁੱਲ ਕੇ ਮਰਨਾ ਮਤਲਬ ਬਹੁਤ ਦੁਖੀ ਹੋ ਕੇ ਮਰਨਾ, ਮਤਲਬ ਕੋਈ ਇਨਸਾਨ ਇੰਨਾ ਜ਼ਿਆਦਾ ਦੁਖੀ ਹੈ। ਯੈਸ ਅਦਿੱਤਿਆ ਮੈਮ, ਮੈਨੇ ਵੀ ਯਹੀ ਕਹਿਣਾ ਥਾ, ਆਪਨੇ ਬਸ ਜਲਦੀ ਹੋ ਗਏ ਥੋੜਾ ਸਾ। ਹਾਂਜੀ ਯਹੀ ਕਹਿਣਾ ਥਾ, ਮੈਨੇ ਵੀ ਯਹੀ ਕਹਿਣਾ ਥਾ, ਆਪਨੇ ਪਹਿਲੇ ਬੋਲ ਦਿਆ। ਓਕੇ ਠੀਕ ਹੈ, ਯੈਸ, ਕਿ ਬਹੁਤ ਦੁਖੀ ਹੋ ਕੇ ਮਰਨਾ। ਕੋਈ ਇਨਸਾਨ ਹੈ ਬਹੁਤ ਗਰੀਬੀ ਦੀ ਹਾਲਤ ਵਿੱਚ ਹੈ, ਜਾਂ ਕਿਸੇ ਨੂੰ ਬਹੁਤ ਕੋਈ ਰੋਗ ਲੱਗਾ ਹੋਇਆ ਹੈ ਜਿਹਦਾ ਕੋਈ ਇਲਾਜ ਹੀ ਨਹੀਂ, ਉਹ ਇਨਸਾਨ ਜਿਹੜਾ ਹੈ ਉਹ ਦੁਖੀ ਹੁੰਦਾ ਹੈ, ਠੀਕ ਹੈ, ਹਰ ਟਾਈਮ। ਨੈਕਸਟ ਬਹੁਤ ਵਾਰ ਸੁਣਿਆ ਹੈ ਤੁਸੀਂ, ਘੋੜੇ ਵੇਚ ਕੇ ਸੋਣਾ, ਨਿਸ਼ਚਿਤ ਹੋ ਕੇ ਸੋਣਾ, ਠੀਕ ਹੈ। ਦੇਖੋ ਕਿੱਦਾਂ ਸਮਾਈਲ ਆ ਗਈ ਇਹ ਵਾਲਾ ਮੁਹਾਵਰਾ ਸੁਣ ਕੇ। ਨੈਕਸਟ ਹੈ ਘਿਓ ਦੇ ਦੀਵੇ ਬਾਲਣੇ, ਬਹੁਤ ਖੁਸ਼ੀਆਂ ਮਨਾਉਣਾ। ਨੈਕਸਟ ਘਿਓ ਖਿਚੜੀ ਹੋਣਾ, ਘਿਓ ਖਿਚੜੀ, ਹਾਂਜੀ, ਜਾਂ ਆਪਾਂ ਨਾ ਇੱਕ ਖੱਖਾ ਭਾਗ ਵਿੱਚ ਮੁਹਾਵਰਾ ਕੀਤਾ ਸੀ ਨਾ, ਖੰਡ ਖੀਰ ਹੋਣਾ, ਰਲ ਮਿਲ ਕੇ ਰਹਿਣਾ, ਉਹ ਇਹਦਾ ਵੀ ਬਣ ਸਕਦਾ ਹੈ, ਰਲ ਮਿਲ ਕੇ ਰਹਿਣਾ, ਠੀਕ ਹੈ, ਪਰ ਮੁਹਾਵਰੇ ਦਾ ਕਦੀ ਮੁਹਾਵਰੇ ਵਿੱਚ ਆਂਸਰ ਨਹੀਂ ਦੇਣਾ। ਨੈਕਸਟ ਲਾਸਟ ਘਰ ਫੂਕ ਤਮਾਸ਼ਾ ਦੇਖਣਾ, ਆਪਣਾ ਨੁਕਸਾਨ ਕਰਕੇ ਜਾਂ ਦੂਸਰੇ ਦਾ ਨੁਕਸਾਨ ਕਰਕੇ ਖੁਸ਼ੀ ਮਨਾਉਣਾ। ਇੱਥੇ ਲਿਖ ਲਓ ਨੁਕਸਾਨ ਕਰਕੇ ਖੁਸ਼ੀ ਮਨਾਉਣਾ, ਆਪਣਾ ਨੂੰ ਚਾਹੇ ਤੁਸੀਂ ਕੱਟ ਹੀ ਦਿਓ, ਕਿਉਂਕਿ ਆਪਾਂ ਦੂਸਰੇ ਦਾ ਵੀ ਕਈ ਵਾਰੀ ਘਰ ਫੂਕਦੇ ਹਾਂ ਤਾਂ ਤਮਾਸ਼ਾ ਦੇਖਦੇ ਹਾਂ, ਹਨਾ, ਇੱਕ ਦੂਸਰੇ ਦਾ ਨਾਮ ਲਗਾ ਲੈਂਦੇ ਹਾਂ ਤੇ ਫਿਰ ਆਪਾਂ ਬਹੁਤ ਜ਼ਿਆਦਾ ਖੁਸ਼ ਹੁੰਦੇ ਹਾਂ। ਕਲੀਅਰ ਹੈ ਜੀ? ਹੋ ਗਏ ਪੁੱਛਾਂ, ਅਸਾਈਨਮੈਂਟ ਲਿਖਣੇ ਨਹੀਂ, ਸਿਰਫ ਤੁਸੀਂ ਆਂਸਰ ਦੇਣਾ ਹੈ। ਓਕੇ ਰੈਡੀ ਰਹੋ ਹੁਣ ਅਸਾਈਨਮੈਂਟ ਲਈ, ਲਿਖਣੀ ਨਹੀਂ ਹੈ, ਜਸਟ ਆਂਸਰ ਦੇਣੇ ਹੈ। ਜਿਹਦੇ ਕੋਲ ਬੁੱਕਸ ਨੇ ਉਹ ਆਪਣੀਆਂ ਬੁੱਕਸ ਬੰਦ ਕਰ ਦਿਓ।
फर्स्ट है मिर्गी दे रोग करके शाम फुल फुल के मर रहा है। ठीक है, मान लो थानू पेपर चेदा आ गया, फिर ओदे विच तुसी अर्थ चुनना है। ठीक है, पहला हो गया बहुत दुखी होके मरना, दूसरी ऑप्शन इकट्ठे रहना, तीसरी तीसरी ऑप्शन ऑप्शंस ठीक है, खुश होना लास्ट, आले दुआले घूमना। ठीक क्लियर है, ऐसा भी थानू आ सकते ने। सो पुष्कर यस, ठीक है, पहला ऑप्शन बहुत दुखी होके मरना, राइट, ऐसा भी आ सकते ने, या मुहावरा पूरा करो भी आ सकता है, ये भी आ सकता है, सेंटेंस भी पूरा करना आ सकता है, जिस मतलब के मिर्गी दा रोग करके शाम डैश डैश डैश। ठीक है, फिर थल्ले मुहावरे लिखे हो सकते ने, फिर तुसी सही मुहावरा चकना है ता लिखना है। क्लियर है जी? ठीक है, कट्टे कौडियां रलोना मतलब की है, दा पूनी करवा के हटियां, कट्टे कौडियां रलोना। हां जी, ऑनलाइन स्टूडेंट्स कट्टे कौडियां रलोना, ऑलमोस्ट ठीक, कट्टे कौडियां मतलब गल नू एवें नहीं गवाना। ठीक है, कौडियां मतलब चिड़िया बहुत ज्यादा कीमती होंदिया ने, उन्होंने कट्टे विच नहीं रलाना चाहिए। मुहावरे इदा लर्न करया करो, क्रैमिंग ना करया करो मुहावरे की, कदे भी नहीं, ओदी गल तो समझा करो की कहा गया है। टगरी भड़कौनी, वेले घूमना या थां थां ते घूमना, कोगल कन्ना बनना, मछला होना, मच्छर ना नी, मच्छर ना ते ओ ना कूहे चढ़ना, वो होर मुहावरे दा है, सिर ते चढ़ना, कट्टा छानना ठीक है, वेले या वारा फिरना, घर सिर ते चुकना, बहुत शोर शराबा, घाट घाट दा पानी पीना, थां थां ते नौकरी करना, घ्यो खिचड़ी होना, घर फूक तमाशा देखना, किसी का नुकसान करके तमाशा नहीं खुश होना, तमाशा तो वो ही आ गया। क्लियर है बेटा? ऐसा ही कल आप एक पैरा लवेंगे, फिर आप अगो दी मुहावरे करांगे। ठीक है, और मंडे नो कोई चैप्टर। क्लियर, डाउट होए किसी नो? एनी डाउट बेटा?